ਤਾਂ ਸਮਝੋ ਜੇ ਮੈਂ ਕਰਕੇ ਵੇਖ ਰਿਹਾ ਉਹਨਾਂ ਨੂੰ ਕਹਿ ਰਿਹਾ ਤੁਹਾਨੂੰ ਵੇਖ ਕੇ ਠਰ ਗਏ ਨੇ ਨਹੀਂ ਠਰ ਗਏ ਨੇ ਵੇਖ ਕੇ ਠਰ ਗਏ ਹੱਥ ਖੋਲ ਕੇ ਇਸ ਤਰ੍ਹਾਂ ਝੋਲੀ ਫੈਲਾ ਕੇ ਦੁਆ ਲੈਣੀ ਜੀ ਤੁਸੀਂ ਠਰ ਗਏ ਰਾਜ਼ੀ ਨਹੀਂ ਹੋਣਾ ਕਿਉਂਕਿ ਯਾ ਅਲੀ ਤੁਸੀਂ ਆਪਣੇ ਵਾਸਤੇ ਆਖਣਾ ਲੇਕਿਨ ਸ਼ੇਰ ਮੈਂ ਤੁਹਾਡੀ ਨਜ਼ਰ ਕਰਨ ਲੱਗਾ ਸਾਹਬਾ ਦੀ ਨਮਾਜ਼ ਹੋ ਗਈ ਜਸ਼ਨ ਮੈਂ ਚੁੱਕਿ ਤੁਹਾਡੇ ਨਾਲ ਮਨਾਉਣ ਆਇਆ ਇੱਕ ਨਜ਼ਮ ਐਸੀ ਹੈ ਜਿਹੜੀ ਮੈਂ ਸਿਰਫ ਆਪਣੀ ਮਰਜ਼ੀ ਨਾਲ ਤਿੰਨ ਜਗ੍ਹਾ 'ਤੇ ਪੜ੍ਹੀ ਜੇ ਜਾਂ ਇੱਕ ਕੋਟਲਾ ਹਾਜੀ ਸ਼ਾਹ ਜਾਂ ਇੱਕ ਗੜ ਮਹਾਰਾਜੇ ਜਾਂ ਇੱਕ ਹੋਰ ਸੀ ਅਨੈਤ ਦੀ ਬਸਤੀ ਉੱਥੇ ਕਿਉਂਕਿ ਉਹਨਾਂ ਦਾ ਮਿਆਰ ਉਹਨਾਂ ਦਾ ਅਕੀਦਾ ਮੈਂ ਜਾਣਦਾ ਹੁਣ ਜਿਹੜੇ ਇਤਨੇ ਬੰਦੇ ਬਰੀਕ ਹੋਣ ਉਹ ਅਕੀਦੇ ਵੱਲੋਂ ਸੋਹਣੇ ਹੀ ਹੁੰਦੇ ਨੇ ਮੈਂ ਉਹ ਨਜ਼ਮ ਪੜ੍ਹਾਂਗਾ ਫਿਰ ਮੈਂ ਦੇਖਾਂਗਾ ਜਿਹੜਾ ਬੰਦਾ ਚੁੱਪ ਰਹਿ ਗਿਆ ਫਿਰ ਸ਼ਾਇਦ ਮੈਂ ਸਮਝਾਂਗਾ ਕਿ ਮੈਂ ਤੁਹਾਡੇ ਪੜ੍ਹਨ ਦੇ ਕਾਬਿਲ ਨਹੀਂ ਹਾਂ ਜਾਂ ਇਹ ਸਮਝਾਂਗਾ ਉਹ ਲਫ਼ਜ਼ ਤੁਹਾਡੇ ਵਾਸਤੇ ਆਏ ਨਹੀਂ ਸ਼ੇਰ ਤੁਹਾਡੀ ਮੁਹੱਬਤ ਵਾਸਤੇ ਇਹਦਾ ਅਗਲਾ ਪਾਣੇ ਆ ਮੈਨੂੰ ਮਿਰਾਜ ਹੋ ਗਈ ਇੱਥੇ ਸਾਰੇ ਹੁਣ ਅਕੀਦੇ ਵਾਲੇ ਬੈਠੇ ਹੋ ਇਸ ਗੱਲ ਦਾ ਤਾਂ ਮੈਨੂੰ ਡਰ ਹੈ ਹੀ ਨਹੀਂ ਨਾ ਕਿ ਕੋਈ ਸੋਚਣ ਵਾਲਾ ਬੈਠਾ ਹੋਵੇਗਾ ਅਗਰ ਜਿਸ ਨੂੰ ਅਲੀ ਬਾਦਸ਼ਾਹ ਦੇ ਨਾਲ ਪਿਆਰ ਹੈ ਜਿਹੜਾ ਵਿਲਾਇਤ ਵਾਸਤੇ ਜਾਨ ਦੇ ਸਕਦਾ ਔਰ ਜਾਨ ਲੈ ਸਕਦਾ ਉਸ ਬੰਦੇ ਵਾਸਤੇ ਪਾੜੇ ਹਰ ਬੰਦੇ ਵਾਸਤੇ ਨਹੀਂ ਜੀ ਹਰ ਬੰਦੇ ਵਾਸਤੇ ਨਹੀਂ ਜੀ ਹੈ ਸਿਰਫ ਉਹਦੇ ਵਾਸਤੇ ਜਿਹੜਾ ਅਲੀ ਵਾਲਾ ਹੈ ਖਾਨਾ ਕਾਬਾ ਦੀ ਤਸਵੀਰ ਲੱਗੀ ਜਿਵੇਂ ਹੈ ਇੱਕ ਘਰ 'ਚ ਬੰਦੇ ਲਾਈ ਨਾਲ ਯਾ ਅਲੀ ਦਾ ਨਾਂ ਲਿਖਿਆ ਸਾਹਮਣੇ ਮੁਸੱਲਾ ਵਿਛਾਇਆ ਉਹਨੇ ਕੰਮ ਕੀਤਾ ਹੈ ਜਾ ਤੁਹਾਨੂੰ ਦੱਸਾਂ ਹੁਣ ਜਿਹਦਾ ਅਕੀਦਾ ਕਮਜ਼ੋਰ ਹੋਵੇ ਉਹ ਕਾਮਰਾਨ ਨੂੰ ਦਾਦ ਨਾ ਦੇਵੇ ਜਿਹਦੀ ਤੌਹੀਦ ਕਮਜ਼ੋਰ ਹੈ ਉਹ ਬਿਲਕੁਲ ਦਾਦ ਨਾ ਦੇਵੇ ਲਫ਼ ਸੰਜੇ ਨੇ ਮੈਂ ਕਿਹਾ ਕੀਜੇ ਜਿਹਦੀ ਤੌਹੀਦ ਕਮਜ਼ੋਰ ਹੈ ਉਹ ਵੀ ਕਾਮਰਾਨ ਨੂੰ ਦਾਦ ਨਾ ਦੇਵੇ ਮੁਸੱਲਾ ਵਿਛਾਇਆ ਸਾਹਮਣੇ ਕਾਬਾ ਨਾਲ ਯਾ ਅਲੀ ਮਦਦ ਦਿਖਿਆ ਉਸ ਦੇਖ ਕੇ ਗੱਲ ਕੀਤੀ ਹੈ ਮਾਲੂਦ ਕੰਮ ਤੁਮਕੋ ਤੌਹੀਦ ਕੰਮ ਤੁਮਕੋ ਮਾਲੂਦ ਕੰਮ ਤੁਮਕੋ ਤੌਹੀਦ ਕੰਮ ਤੁਮਕੋ ਇੱਕ ਬਾਰ ਅਲੀ ਮੇਰੀ ਮੁਸ਼ਕਿਲ ਤੋਂ ਮਿਟਾ ਕੁਰਾਨ ਕਹੂੰ ਤੁਮਕੋ
یزدان کہاں تم کو سجدہ میرا سائل ہے تدبیر بتا. پڑھیا بندے ہوندے کسی کے شاید تسی نال لڑ جاؤ ایک شعر پڑھ کے دیکھ لینا تسی نال لڑ دیو تے اگلا شعر نہیں تے قصیدہ سنانا توجہ فرمانی ہے. اس بندے نے ہاتھ جوڑے نے پہلے ہی مصلی تے بیٹھا ہے ہاتھ جوڑ کے علی بادشاہ دے ناں دے پاس دے کے کعبے دے پاس دے کے علی بادشاہ دے ناں دے پاس دے کے وقت کعبے نوں دے کے وقت علی بادشاہ دے ناں دے پاس دے کے آدھا ہے مسجود کی صورت میں تو سر کو جھکاتا اپنا جنا ظالم بھی تو اپنی آتا ہے اترا ہے تو جس جا پر وہاں سجدہ ہمارا ہے اترا ہے تو جس جا پر وہاں سجدہ ہمارا ہے اچھا جی چلو جی پڑھ دینا تھوڑے حکم دی تعمیل کر دینا ہے جی سارے دی پڑھ دینا اپنی عبادت دی قبولیت واسطے صلوات پاؤ قبول کرنا ہوں جی پڑھیا گیا ہاں محمد کے شہر میں یا میرے مولا جڑا ذکر علی محمد چ بولنا عبادت سمجھدا اللہ اسے سال جاوے محمد کے شہر میں سبحان اللہ جڑا بندہ خالی شریف لاندا پیا بولدا وی نہیں پیا اللہ کدی وی نہ جاوے محمد کے شہر میں کیوں آ کے رو رہا ہے محمد کے شہر میں کیوں آ کے رو رہا ہے محمد کے شہر میں شہر میں. اچھا چلو جی میں آکھیا گیا جان لاو مرا بھاوے کہاں ضرور محمد کے شہر میں ہر بندے دے ذہن چ لیکن توبہ اودی قبول ہونی جلالی والا ہوے جس دی نہیں قبول ہوندی او دا تعارف کراون لگا محمد کے شہر میں 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 قانون مصطفیٰ کا دنیا مدون کا قانون مصطفیٰ کا دنیا مدون کا مولا علی ولی کے دامن کو چھوڑ کے مولا علی ولی کے دامن کو چھوڑ کے کس منہ سے جا رہا ہے محمد کے شہر دعا دا صدقہ پڑھ لے ماتمی دا صدقہ پڑھ لے جنہیں تو پڑھیا نہیں جا رہے جو یا علی علیہ الصلوۃ والسلام یہ تہاڈی دعا نال نواں پروگرام پڑھنے ہونا امام حسین تعالیٰ سلامت رکھے تسی مینوں حیران ہو کے ویکھی جاؤ میں مر بھی جانا تسی مینوں داد پھیر بھی نہ دینا ایک حد کر آدھے نے پتہ بھی نہیں قبول ہے کہ نہیں دروازے تے چھوٹا جہا اپنا نام ایڈا وا لکھا لینا نے الحاج آؤ ساجی دا تعارف کرا محمد کے شہر میں 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 اللہ نے دیکھو کونا کیسا یہ راز ہے اللہ نے دیکھو کونا کیسا یہ راز ہے
ਇੱਕ ਸ਼ੇਰ ਜਿਹੜਾ ਤੁਹਾਡੇ ਵਾਸਤੇ ਪੜ੍ਹਨ ਲੱਗਾ ਇਹਨਾਂ ਨੂੰ ਵੀ ਦੱਸ ਦੇ, ਯਾਦ ਹੈ? ਐ ਵੇਖੋ ਕੀ ਆਖਰ ਲਿਖਿਆ ਹੈ। ਹਜ ਦਾ ਹਰ ਬੰਦੇ ਨੂੰ ਸ਼ੌਕ ਹੁੰਦਾ ਹੈ, ਚਾਚਾ ਜੀ ਮੈਂ ਸਮਝੀ ਸਾਡਾ ਹਜ ਤੇ ਚੱਲੇ ਹੋ, ਹਰ ਬੰਦੇ ਨੂੰ ਹਜ ਦਾ ਸ਼ੌਕ। ਮੇਰੇ ਭਾਈ ਕੋਲ ਆ ਗਿਆ ਕਿਬਲਾ, ਮੇਰੇ ਕੋਲ ਨਾ ਪਾਸਪੋਰਟ 'ਚ 5000 ਘੱਟ ਹੁੰਦਾ ਹੈ। ਭਾਜੀ ਨੇ ਕਿਹਾ ਕਿਉਂ ਕੂੜ ਮਾਰਨਾ ਹੈ, 5000 ਦਾ ਤਾਂ ਅਰਜੈਂਟ ਬਣਦਾ। ਚਲੋ ਪਾਸਪੋਰਟ ਆ ਗਿਆ ਮੇਰੇ ਵਿਰਾਗ ਕੋਲ, ਭਾਜੀ ਤੁਹਾਡੀ ਸਾਊਦੀ ਅੱਛੀ ਵਾਕਫ ਕਾਰੀਗਰ, ਮੇਰਾ ਵੀਜ਼ਾ ਤਾਂ ਲਵਾ ਦਿਓ ਤੁਸੀਂ। ਮੋਮਨ ਮੋਮਨ ਚੰਗੇ ਦਿਲ ਦਾ ਹੁੰਦਾ, ਤੁਸੀਂ ਵੀਜ਼ਾ ਲਵਾ ਦਿਓ। ਹੁਣ ਟਿਕਟ ਕਰਨ ਇਕੱਠੀ ਕਰਨ ਵਾਸਤੇ ਹਰ ਬੰਦੇ ਕੋਲ ਆਇਆ, ਉਸ ਬੰਦੇ ਕੋਲ ਆਇਆ ਜਿਹੜਾ ਹਜੇ ਤੱਕ ਇੰਝ ਬੈਠਾ। ਉਸ ਆਖੇ ਯਾਰ ਤੂੰ ਵਾਰਗਾ 'ਚ ਨਹੀਂ ਬੋਲਦਾ ਸੀ, ਤੂੰ ਮੈਨੂੰ ਕੀ ਦੇਣਾ? ਲੇਕਿਨ ਖੈਰ ਟਿਕਟ ਇਕੱਠੀ ਹੋਈ, ਜਹਾਜ਼ ਤੇ ਬੈਠਾ ਹਜ ਕਰਨ ਗਿਆ। ਆਓ ਹਜ ਦੀ ਔਕਾਤ ਦੱਸਾਂ, ਮੁਹੰਮਦ ਕੇ ਸ਼ਹਿਰ ਮੇਂ, 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 ਮੁਨਵਾ ਕੇ ਬਾਲ ਸਾਰੇ ਮੁਜਰਮ ਜ਼ਮੀਰ ਕਾ, ਸ਼ਾਹਿਬ ਬਾਈ ਇਹਨੇ ਨਹੀਂ ਮੰਨਣਾ, ਉੱਥੋਂ ਇੱਥੇ ਨਹੀਂ ਆਉਣ ਦੇ ਤੇ ਲੌਂਗ ਮਾਰਚ ਕਿੱਥੇ ਕਰਨੀ ਇਹਨਾਂ ਮੈਂ। ਲੇਕਿਨ ਚਲੋ ਅਸੀਂ ਰਲ ਕੇ ਚੱਲੀਏ, ਮਾਤਮੀ ਸਦਾਰਤ ਕਰਨ, ਬਜ਼ੁਰਗ ਅੱਗੇ ਹੋਣ, ਸੈਦ ਅੱਗੇ ਹੋਣ, ਇੱਕ ਮੁਲਕ ਕ੍ਰੋਸ ਕਰੀਏ। ਕਿਉਂਕਿ ਨਸਰ ਕਰਨੀ ਸ਼ੇਰ ਸਮਝਾਉਣਾ, ਮਸਜਿਦ ਨਜ਼ਰ ਆਏ, ਮੀਨਾਰ ਨਜ਼ਰ ਆਏ, ਪਤਾ ਲੱਗੇ ਅੱਲਾਹ ਦੇ ਘਰ ਦੀ ਛਬੀ ਹੈ। ਚਾਰ ਦੀਵਾਰੀ 'ਚ ਮਜਲਿਸੇ ਹੁਸੈਨ ਹੁੰਦੀ ਹੋਵੇ, ਪਤਾ ਲੱਗੇ ਹੁਸੈਨ ਬਾਦਸ਼ਾਹ ਦੀ ਜਗੀਰ ਹੈ। ਲੇਕਿਨ ਆਓ ਜਿਹਨਾਂ ਕਾਬੇ 'ਚ ਜਾਈਏ, ਰਲ ਕੇ ਕਾਬੇ 'ਚ ਜਾਈਏ, ਉਸ ਵੇਲੇ ਹਰ ਮੁਹੰਮਦ ਦੇ ਦਿਲ ਦੀ ਤਰਜਮਾਨੀ ਕਰਨ ਲੱਗਾ, ਮੁਹੰਮਦ ਕੇ ਸ਼ਹਿਰ ਮੇਂ, ਮੁਹੰਮਦ ਕੇ ਸ਼ਹਿਰ ਮੇਂ, ਮੁਹੰਮਦ ਕੇ ਸ਼ਹਿਰ ਮੇਂ, ਮੁਹੰਮਦ ਕੇ ਸ਼ਹਿਰ ਮੇਂ, ਮੁਹੰਮਦ ਕੇ ਸ਼ਹਿਰ ਮੇਂ।